ਕਿਉਂਕਿ ਦੇਰ ਬਾਅਦ ਗੱਡੀ ਹੈ, ਹਾਂਜੀ ਬਿਲਕੁਲ, ਆਵਾਜ਼ ਆਪਣੀ ਨੇ ਖਰਾਬ ਕਰਦੀ। ਕਬੂਤਰ ਪਸੰਦ ਆ, ਕਬੂਤਰ ਘੱਟ ਲੋਕ ਜਿਹੜੇ ਨੇ ਸਾਜਿਆ, ਮੀਡੀਆ ਦਾ ਕੰਮ ਇਹ ਕੱਛੀ ਲੋਕ ਤੱਕ ਕਿਸੇ ਤੱਕ ਖਬਰ ਜਾਵੇ, ਕੋਈ ਅੱਛਾ ਬੰਦਾ ਸਿੱਖੇ, ਕੋਈ ਵੇਖੇ, ਕੋਈ ਨੌਜਵਾਨ ਬੰਦਾ ਕਿ ਯਾਰ ਕਿਤੇ ਬਜ਼ੁਰਗ ਬੰਦੇ ਨੇ ਗੱਲ ਕੀਤੀ ਸੀ। ਨੌਜਵਾਨ ਬੰਦੇ ਨੂੰ ਜ਼ਿਆਦਾ ਸ਼ੌਕ ਹੁੰਦਾ, ਅਸੀਂ ਆਹ ਬੜਾ ਬੜਾ ਲਾਹੌਰ ਜਾ ਕੇ ਮੈਂ ਕੋਈ ਸਿੰਧ ਵੀ ਗਿਆ ਵਾਂ ਉਸਤਾਦਾਂ ਕੋਲ, ਨਹੀਂ ਉਹਦੀ ਵਜ੍ਹਾ ਪਤਾ ਕੀ ਹੈ, ਲਾਹੌਰ ਜੀ ਪਤਾ ਹੀ ਕਰਦੇ ਨੇ, ਕਿਸੇ ਕਬੂਤਰ ਨਾਲ ਵੇਚਣੇ ਹੁੰਦੇ ਨੇ, ਹਾਂਜੀ, ਤੇ ਉਹਨਾਂ ਨੇ ਕਲੀਨ ਵਿਛਾਇਆ ਹੁੰਦਾ, ਗੋਲੀ ਦੇ ਸਿਗਰ ਰੱਖੇ ਨੇ, ਫੜੋ ਹਾਂ ਸਾਜਿਆ ਰੱਖੋ, ਤਕੀਏ ਰੱਖੇ ਨੇ। ਕਬੂਤਰ ਜੀ ਦੋਸਤ ਹੋਇਆ ਤੇਰਾ ਕਬੂਤਰ ਉਸਾਦ ਆ, ਖਸੂਸੀ ਤੌਰ 'ਤੇ ਗੁਮਾਇਆ, ਉਹਨਾਂ ਕਿਹਾ ਕਿ ਮੇਰੀ ਪਸੰਦ ਦਾ ਕਬੂਤਰ ਹੈ ਅਤੇ ਬੜਾ ਮਜ਼ੇਦਾਰ ਕਬੂਤਰ ਹੈ ਇਹ, ਕਬੂਤਰ ਉਹਨਾਂ ਦੀ ਚਾਇਸ ਦਾ ਕਬੂਤਰ ਹੈ। ਉਹ ਮੈਨੂੰ ਦਿਖਾ ਰਹੇ ਸਨ ਹੁਣ ਕਿ ਕਬੂਤਰ ਦਾ ਪਾਰਕ ਹੁੰਦਾ ਹਰ ਚੀਜ਼ ਵੇਖਣ ਵਾਲੀ, ਸੱਤ ਰੰਗੇ ਕਬੂਤਰ ਨੂੰ ਕਹਿ ਰਹੇ ਨੇ, ਅਤੇ ਮੈਂ ਕਿਹਾ ਕਿ ਸਿਰਫ ਨਾ ਸਿਰਫ ਮੈਂ ਤਾਂ ਦੇਖ ਕੇ ਮੇਰੇ ਨੇ ਨਾਲ ਹੀ ਤਾਂ ਇਜ਼ਾਫਾ ਹੋ ਜਾਏ ਇਲਾਮੇ 'ਚ, ਅਤੇ ਮੈਂ ਕੋਸ਼ਿਸ਼ ਕਰ ਰਿਹਾ ਕਿ ਮੇਰੇ ਜਿੰਨੇ ਆ ਦੋਸਤ ਵੇਖਣ ਵਾਲੇ ਨੇ ਇਹਨਾਂ ਦੇ ਇਲਾਮੇ 'ਚ ਇਜ਼ਾਫਾ ਹੋਵੇ। ਦੁਨੀਆ ਬਿਹਤਰੀਨ ਕਿਤਾਬ ਹੈ ਔਰ ਜ਼ਮਾਨਾ ਬਿਹਤਰੀਨ ਉਸਤਾਦ ਹੈ, ਅਗਰ ਇਲਮ ਆਪ ਸਿੱਖਣਾ ਚਾਹਤੇ ਹੈ, ਹਾਸਲ ਕਰਨਾ ਚਾਹਤੇ ਹੈ, ਜਾਂ ਇਸਕੋ ਆਪਣੀ ਜ਼ਿੰਦਗੀ ਮੇਂ ਜਗ੍ਹਾ ਦੇਣਾ ਚਾਹਤੇ ਹੈਂ, ਤੋ ਇਸਕੇ ਬਗੈਰ ਅਗਰ ਆਪ ਢੂੰਢੇਗੇ ਨਹੀਂ ਤੋ ਇਲਮ ਕਹਾਂ ਸੇ ਮਿਲਣਾ ਹੈ, ਕਿਸੀ ਕੇ ਸੁਨੇਗੇ ਨਹੀਂ ਤੋ ਆਪ ਆਪਣੀ ਅੱਛੀ ਰਾਏ ਕੈਸੇ ਕਾਇਮ ਕਰ ਸਕਤੇ ਹੈਂ। ਅੱਛਾ ਬੁਰਾ ਮਾਲਕ ਕਾਇਨਾਤ ਨੇ ਬਣਾਇਆ ਹੋਗਾ, ਲੇਕਿਨ ਆਪ ਆਪਣੀ ਰਾਏ ਕੋ ਆਪਣੇ ਇਲਮ ਕੋ ਉਸ ਵਕਤ ਤਰਜੀਹ ਦੇ ਸਕਤੇ ਹੈ ਜਬ ਆਪ ਪ੍ਰੈਕਟੀਕਲ ਕਰੇਂਗੇ। ਉਸਤਾਦ ਅਰਸ਼ਦ ਸਾਹਿਬ ਨੇ ਆਪਣੀ ਇੱਕ ਕਬੂਤਰ ਇੱਕ ਦਿਖਾਇਆ ਤਾਂ ਮੈਂ ਨਾ ਸਮਝਿਆ ਕਿ ਨਾ ਸਿਰਫ ਖੁਦ ਦੇਖੇ ਬਲਕਿ ਦੋਸਤੋਂ ਕੋ ਵੀ ਸ਼ੌਕ ਕਰਵਾਏ। ਜੀ ਉਸਤਾਦ ਜੀ, ਇਹ ਕਬੂਤਰ ਇੱਕ ਤੁਹਾਨੂੰ ਮੰਗਵਾਇਆ ਕਿ ਬੜਾ ਤੁਹਾਡੀ ਪਸੰਦ ਦਾ ਕਬੂਤਰ ਹੈ, ਅਤੇ ਮੈਂ ਆਫ ਦੀ ਰਿਕਾਰਡ ਗੱਲ ਕਿ ਤੁਸੀਂ ਕਹਿ ਤੁਹਾਡੇ ਸ਼ੌਕ ਵਾਸਤੇ ਕਰਾਉਂਦੇ ਹਾਂ, ਇਹ ਲਾਈਵ ਨਾ ਕਾਲ ਚਲਾਇਆ ਜੇ, ਲੇਕਿਨ ਮੈਂ ਸਮਝਦਾ ਕਿ ਲਾਈਵ ਕਾਲ ਬੜੇ ਜਿਹੜੇ ਨੇ ਉਸਤਾਦ ਜੀ ਅੱਜ ਕੱਲ੍ਹ ਅੱਲਾਹ ਤਾਲਾ ਨੇ ਲੋਕ ਪੈਦਾ ਕੀਤੇ ਹਨ ਜਿਹੜੇ ਆਸਾਨ ਮੰਦ ਹੁੰਦੇ ਨੇ, ਆਸਾਨ ਫਰਮਹੋਸ਼ ਨਹੀਂ ਹੈ, ਕਿਉਂ ਬੜੇ ਅਗਰ ਅੱਛਾ ਕੋ ਗੱਲ ਜਾਂ ਅੱਛੀ ਇਲਮ ਦੀ ਗੱਲ ਅਹਿਸਾਨਮੰਦ ਬੰਦਾ ਹੁੰਦਾ ਨਾ ਤਾਂ ਉਹ ਉਸਤਾਦ ਦੇ ਨਾਂ ਦੇ ਨਾਲ ਯਾਦ ਰੱਖਦਾ, ਜਿਹੜਾ ਅਹਿਸਾਨ ਫਰਾਮੋਸ਼ ਹੁੰਦਾ ਉਹ ਭੁੱਲ ਜਾਂਦਾ, ਕਿਉਂਕਿ ਸਾਡੇ ਦੌਰ ਦੇ ਵਿੱਚ ਇਹ ਸ਼ੌਕੀਨ ਜਿਹੜੇ ਨੇ ਜ਼ਿਆਦਾਤਰ ਅਹਿਸਾਨ ਫਰਾਮੋਸ਼ ਨੇ। ਇਸ ਗੱਲ ਤੋਂ ਨਾ ਉਸਤਾਦ ਹਜ਼ਰਾਤ ਜਿਹੜੇ ਨੇ ਨਾ ਬੜਾ ਕਿਨਾਰਾ ਕਰਦੇ ਨੇ, ਕੋਈ ਇਲਮ ਦੀ ਗੱਲ ਨਹੀਂ ਦੱਸਦੇ। ਹਾਂਜੀ ਇਹ ਕਬੂਤਰ ਗੋਲਡਨ ਨੇ, ਠੀਕ, ਇਹ ਕਬੂਤਰ ਅਲੱਗ ਕਿਸਮ ਦੇ ਗੋਲਡਨ ਨੇ, ਨਸਲੀ ਪੁਰਾਣੇ ਜਿਹੜੇ ਕਬੂਤਰ, ਅਤੇ ਕੋਈ ਕੋਈ ਬਚਿਆ ਕਿਸੇ ਕੋਲ। ਉਹ ਦੋਸਤ ਹੈ ਕਬੂਤਰ ਇੱਕ ਖੁਸ਼ੀ ਤੌਰ 'ਤੇ ਸ਼ੌਕ ਕਰਾਉਂਦੇ ਹਾਂ ਤੁਹਾਨੂੰ, ਉਸਾਦੀਆਂ ਦੀ ਪਸੰਦ ਦਾ ਕਬੂਤਰ ਮੰਗਵਾਇਆ ਤਾਂ ਕਿ ਉਸਾਦ ਜੀ ਪਹਿਲਾਂ ਤੁਹਾਡਾ ਅੱਖ 'ਤੇ ਦਿਖਾਓ ਕਬੂਤਰ ਤੁਸੀਂ ਅੱਖ, ਹੋ ਜੀ ਤਾਂ, ਕਿਉਂਕਿ ਉਸਾਦ ਜੀ ਕੈਮਰੇ ਠੀਕ ਨਹੀਂ ਹੈ, ਨਾ ਸਿਰਫ ਗੱਪ ਸ਼ੱਪ ਲਾਉਂਦੇ ਹਾਂ ਬਲਕਿ ਤੁਹਾਨੂੰ ਨਾ ਕਬੂਤਰ ਤਾਂ ਭਾਈ ਜਾਨ ਦਿਖਾਉਣਗੇ ਅੱਖ। ਇਹ ਜੀ ਉਸਾਦ ਨਾ ਕਬੂਤਰ ਪਸੰਦੀਦਗੀ ਦਾ ਇਜ਼ਹਾਰ ਕੀਤਾ, ਉਹਨਾਂ ਕਿਹਾ ਬੜਾ ਕਬੂਤਰ ਮੇਰੇ ਦਿਲ ਨੂੰ ਲੱਗਦਾ, ਅੱਛਾ ਕਬੂਤਰ ਹੈ, ਬਰੀਡਰ ਕਬੂਤਰ ਹੈ, ਨਸਲੀ ਕਬੂਤਰ ਹੈ, ਉਹਦੀ ਜਿਹੜੀ ਇਹ ਇਜ਼ਹਾਰ ਇਹ ਤੁਸੀਂ ਕਬੂਤਰ ਦੀ ਅੱਖ ਤੋਂ ਦੇ ਸਕਦੇ ਹੋ। ਇਹ ਕਬੂਤਰ ਦੀ ਅੱਖ ਦੇ ਵਿੱਚ ਤਕਰੀਬਨ ਹਰ ਜ਼ਰੇ ਨੇ, ਡੋਰੇ ਵੀ ਨੇ, ਰਿੰਗ ਵੇ, ਪਹਿਲੇ ਰਿੰਗ ਤੋਂ ਲੈ ਕੇ ਆਖਰੀ ਰਿੰਗ ਤੱਕ ਤੁਸੀਂ ਬੜੇ ਵਾਜ਼ਿਆ ਠੀਕ ਦੇਖ ਸਕਦੇ ਹੋ। ਜਿੰਨੇ ਦੋਸਤ ਇਹਨਾਂ ਨੇ ਥੱਲੇ ਕਮੈਂਟ ਸੇ ਦੱਸਿਆ ਜ਼ਰੂਰ ਕਿ ਕਬੂਤਰ ਦੀ ਅੱਖ ਬਿਲਕੁਲ ਠੀਕ ਨਜ਼ਰ ਆ ਰਹੀ ਹੈ। ਜੀ ਵੀਕੇ ਸਾਹਿਬ ਬਹੁਤ ਆਲਾ ਸ਼ੁਕਰੀਆ ਯਾਰ ਜਨਾਬ ਇਹਦਾ, ਚਲੋ ਮੈਂ ਤੁਹਾਨੂੰ ਨਾਲ ਤਸ਼ਰੀਹ ਕਰ ਦਿੰਦਾ, ਉਸਤਾਦ ਜੀ ਸਾਹਮਣੇ ਮੌਜੂਦ ਨੇ, ਪਹਿਲਾਂ ਅੱਖ ਦਾ ਨੂਰ ਦੇਖੋ, ਉਹਦੇ ਨਾਲ ਇਹਦਾ ਰਿੰਗ ਦੇਖੋ, ਇਹ ਭਰਪੂਰ ਅੱਖ ਹੈ, ਜਿਹੜਾ ਬੰਦਾ ਸਾਹਿਬ ਇਲਮ ਹੈ ਅਤੇ ਸਿੱਖਣ ਵਾਲਾ ਹੈ ਦੋਸਤ, ਅਤੇ ਜਿਹਨੂੰ ਨਹੀਂ ਪਤਾ ਉਹ ਬਸ ਬਸ ਤਸਵੀਰ ਵੇਖੀ ਜਾਵੇ ਇਹਨੂੰ। ਹਾਂ ਹਾਂ, ਕੀ ਉਸਤਾਦ ਜੀ ਦਾ ਥੋੜ੍ਹੀ ਤਸ਼ਰੀਹ ਕਰਿਆ ਤਾਂ ਆਪਣੀ ਕੀ ਅਲਫਾਜ਼, ਉਸਤਾਦ ਜੀ ਕਹਿ ਰਹੇ ਕੂ ਅਤੇ ਬਰਦਾਸ਼ਤ ਕਬੂਤਰ ਬਹੁਤ ਜ਼ਿਆਦਾ, ਅਤੇ ਅਸੀਂ ਉਸਤਾਦ ਜੀ ਕਹਿੰਦੇ ਕਿ ਜਿਹੜੇ ਕਬੂਤਰ ਰੱਖਦੇ ਰਿੰਗ ਪੂਰੇ ਨਾ ਬਰੀਡਰ ਕਬੂਤਰ ਹੈ ਉਹ, ਮਸਾਂ ਕਿ ਜੋੜਾਂ 'ਚ ਇਸਤੇਮਾਲ ਕਰ ਸਕਦੇ ਹਾਂ। ਇਹਦਾ ਜ਼ਾ ਐਵੇਂ ਕਬੂਤਰ ਦੀ ਸ਼ਕਲ ਮੋਹਰਾ, ਇਹਦਾ ਪਰ ਦਿਖਾਓ ਜਨਾਬ, ਥੋੜ੍ਹਾ ਘੁਮਾਓ ਤੁਹਾਨੂੰ,
ਦੋ ਸਾਲ ਪਰ ਬੜਾ ਨਰਮ ਲਚਕਦਾਰ ਪਾ ਰਹੇ ਅਤੇ ਬੜੇ ਕੁੰਦੇ ਦੀ ਤਰਤੀਬ ਅੱਛੀ ਹੈ ਕਬੂਤਰ ਦੀ। ਦੇਖੋ ਆਖਰੀ ਪਾ ਰਿਹਾ ਕਬੂਤਰ ਦੇ, ਕਿਉਂਕਿ ਜਦੋਂ ਕਾਲ ਬੰਦ ਕੀਤੀ ਸੀ ਅਸੀਂ ਕਬੂਤਰ ਮੰਗਵਾਉਣ ਵਾਸਤੇ ਕਦੇ, ਤਾਂ ਕਿ ਦੋਸਤਾਂ ਨੂੰ ਜ਼ਿਆਦਾ ਟਾਈਮ ਨਾ ਲੱਗੇ। ਪਹਿਲੇ ਕੁੰਦੇ ਤੋਂ ਦੇਖ ਲਓ, ਬਗਲ ਤੋਂ ਲੈ ਕੇ ਕਬੂਤਰ ਦਾ ਰੰਗ ਤੁਸੀਂ ਕਿਸੇ ਰੰਗ 'ਚ ਨਹੀਂ ਗਿਣ ਸਕਦੇ, ਲੇਕਿਨ ਇਹਦੇ ਪਰ ਦੀ ਕੁਆਲਿਟੀ ਨਫਸ ਅਤੇ ਪਰ ਦੀ ਤਰਤੀਬ ਬੜੀ ਅੱਛੀ ਹੈ। ਤੀਲੀਆਂ ਦੇਖੋ, ਕਿਉਂਕਿ ਤੁਸੀਂ ਤਸਵੀਰ ਦੇਖ ਰਹੇ, ਤੁਹਾਨੂੰ ਕਿਉਂ ਪਤਾ ਆਇਆ, ਦੇਖੋ ਇਹ ਕਿੱਡੇ ਮੋਰਜਿਆਂ ਨਾਲ ਪਰ ਨੇ, ਇਹਨਾਂ ਨੂੰ ਇੱਥੇ ਸਿੱਧਾ ਕਰਨਾ, ਇਹਨਾਂ ਫਿਰ ਉੱਥੇ ਹੀ। ਅਤੇ ਜ਼ਿਆਦਾਤਰ ਕਬੂਤਰ ਮੇਰੇ ਦੋਸਤ ਦੇਖੀਏਗਾ, ਇਹਨੂੰ ਤੀਲੀ ਨੂੰ ਇੰਝ ਕਰੀ ਤਾਂ ਉੱਥੇ ਟੁੱਟ ਜਾਂਦੀ ਹੈ। ਚਲੋ ਮੈਂ ਵੀ ਥੋੜ੍ਹਾ ਜਿਹਾ ਆਪਣਾ ਨਾਲ ਹੀ ਤੁਹਾਡੇ ਨਾਲ ਸ਼ੇਅਰ ਕਰ ਦੇਣਾ, ਜਿਹੜੇ ਕਬੂਤਰ ਤੀਲੀਆਂ ਟੁੱਟ ਜਾਂਦੀਆਂ ਨੇ ਜਾਂ ਜੋ ਬੈਂਡ ਹੋ ਜਾਂਦੇ ਨੇ, ਸਿੱਧੀਆਂ ਨਹੀਂ ਹੁੰਦੀਆਂ, ਉਹ ਕਬੂਤਰ ਡੈੱਡ ਹੁੰਦੇ ਨੇ ਕਬੂਤਰ। ਅਗਰ ਤੁਸੀਂ ਨਿਸ਼ਾਨੀ ਦੇਖਣਾ ਚਾਹੁੰਦੇ, ਹਾਂਜੀ ਬਿਲਕੁਲ ਜੀ, ਸਾਦ ਵੀ ਕਰਾਂਗਾ ਕਬੂਤਰ ਨੂੰ ਇਸ ਹਵਾਲੇ ਦਾ ਸਾਜ। ਅਗਰ ਤੁਸੀਂ ਹੁਣ ਗੱਲ ਕਰਦੇ ਫਿਰ ਜੋੜ ਦੇ ਹੱਡੀ ਦੀ, ਕਬੂਤਰ ਦਾ ਜੋੜ ਕਿਸ ਹੱਦ ਤੱਕ ਅੱਛਾ ਹੋਣਾ ਚਾਹੀਦਾ, ਹੱਡੀ ਅਤੇ ਜੋੜ ਇੱਕ ਪੇਟ ਵਿੱਚ ਆ ਜਾਂਦਾ, ਖਲਾਅ ਜਿਹਨੂੰ ਅਸੀਂ ਕਹਿੰਦੇ ਹਾਂ, ਕਿਉਂਕਿ ਤੁਸੀਂ ਕਹਿ ਰਹੇ ਕਿ ਅਸਲ ਕਬੂਤਰ ਜੋੜ ਲੋਕਾਂ ਨੂੰ ਜੋੜਦਾ ਪਤਾ ਹੀ ਕਿਉਂਦੇ, ਲੋਕ ਦੂਜਿਆਂ ਪਾਸੇ ਉਂਗਲਾਂ ਦੇਖਦੇ ਕਿ ਢੋਈ ਆਉਂਦੇ ਨੇ ਜੋੜ ਉਹ ਸਾਜ, ਬਾਕੀ ਕਬੂਤਰਾਂ ਦੇ ਬਰੀਡਿੰਗ ਦੇ ਵਿੱਚ ਜੋੜਾਂ ਲਾਉਣ ਦੀ ਜਗ੍ਹਾ ਅਹਿਮ ਕਰਦਾ ਰਹਿੰਦਾ। ਇਹਦੀ ਕੀ ਕੁਆਲਿਟੀ ਹੋਣੀ ਚਾਹੀਦੀ? ਇਹਦੀ ਕੁਆਲਿਟੀ ਹੁੰਦੀ, ਇਹਦੇ ਇੱਕ ਤਜਰਬਾ ਹੁੰਦਾ, ਤਰੀਕਾਕਾਰ ਹੁੰਦਾ ਕਿ ਕਬੂਤਰ 'ਚ ਇੰਨਾ ਖਲਾਏ ਅਤੇ ਮਾਦੀ 'ਚ ਇੰਨਾ ਰੱਖਣਾ, ਅਤੇ ਇਹ ਜਿਹੜਾ ਜੋੜ ਹੈ ਦਰਮਿਆਨ ਦੇ ਵਿੱਚ ਫਿਰ ਐਂਡ 'ਤੇ ਇੰਨਾ ਆਏਗਾ ਜਦੋਂ ਬੱਚਾ ਨਿਕਲੇਗਾ। ਹਾਂਜੀ ਸਮਝ ਗਏ, ਹਾਂਜੀ ਉਹ ਇੱਕ ਪਮੈਸ਼ ਹੈ ਉਹਦੇ ਹਿਸਾਬ ਨਾਲ, ਇੰਝ ਹਿਸਾਬ ਲਾ ਲਓ ਕਿ ਇੱਕ ਉਂਗਲ ਦਾ ਖਲਾ, ਠੀਕ ਅਗਰ ਦੋਵਾਂ ਦਾ ਉਂਗਲ ਹੈ ਥੋੜ੍ਹਾ ਖਲਾ ਆਵੇ ਤਾਂ ਬੱਚੇ ਵੀ ਬਿਲਕੁਲ ਘੱਟ ਖਲਾ ਦੇ ਹੀ ਹੋਣਗੇ। ਉਹਦੀ ਵਜ੍ਹਾ ਇਹ ਕਿ ਸਿਰਫ ਵੇਖਣਾ ਇਹ ਕਿ ਜਿਹੜੀ ਮਗਰਲੀ ਹੱਡੀ ਹੈ ਨਾ, ਹਾਂਜੀ ਉਹ ਸਹੀ ਹੈ ਨਾ, ਅਤੇ ਫਿਰ ਮਿਸਾਲ ਦੇ ਤੌਰ 'ਤੇ ਥੋੜ੍ਹੇ ਛੋਟੇ ਦੌਰ 'ਤੇ ਵੀ ਲਾ ਦਿਓ ਤਾਂ ਸਾਨੂੰ ਬੱਚੇ ਦਾ ਇਹ ਹੁੰਦਾ ਕਿ ਉਹ ਜ਼ਬਰਦਸਤ ਹੋ ਜਾਂਦੇ ਨੇ। ਚਲੋ ਅਸੀਂ ਸਾਜ ਇਸ ਆਪਣੀ ਗੱਲ ਨੂੰ ਦੂਜਾ ਰੰਗ ਦੇ, ਜੋੜਾ ਕੱਟਣ ਵਾਸਤੇ ਲਾਉਣਾ ਇੱਕ, ਉਹ ਜੋੜਾ ਤਕਰੀਬਨ 1000 ਰੱਖ ਕੇ ਲਾਉਣਾ ਪੈਂਦਾ, ਤਾਂ ਕਿ ਅੱਗੇ ਟੁੱਕ ਲਈਏ, ਜਦੋਂ ਜੋੜਾ ਉਡਾਉਣ ਵਾਸਤੇ ਲਾਉਣਾ ਹੁੰਦਾ ਉਦੋਂ ਬਦਲ ਕੇ ਲਾਉਣਾ ਪੈਂਦਾ। ਇਹ ਗੱਲ ਮੇਰੀ ਠੀਕ ਹੈ? ਕਿਉਂਕਿ ਅਗਰ ਜੋੜਾ ਬਦਲ ਕੇ ਲਾਵਾਂਗੇ ਨਾ ਤਾਂ ਅੱਗੇ ਕੋਈ ਦੂਸਰਾ ਦੋਸਤ ਅੱਗੇ ਨਸਲਾਂ ਚਲਾ ਲਿਆ ਜਾਂ ਨਹੀਂ ਨਹੀਂ ਇਹ ਕੋਈ ਨਹੀਂ ਮਸਲਾ, ਹੁਣ ਨਸਲ ਚਲਾਉਣ ਵਾਲਾ ਕੋਈ ਨਹੀਂ ਮਸਲਾ ਰਿਹਾ। ਸਹੀ ਮਸਲਾ ਜਿਹੜਾ ਨਾ ਹੁਣ ਇਹ ਕਿ ਪਰਿਵਾਰ ਵਾਸਤੇ ਕਬੂਤਰ ਹੋਰ ਬਣਾਉਣੇ ਪੈਂਦੇ ਨੇ, ਮੇਰਾ ਕਹਿਣ ਦਾ ਮਕਸਦ ਹੋ ਗਿਆ ਨੇ। ਬਾਕੀ ਗੱਲ ਇਹ ਕਿ ਛੋਟੀਆਂ ਛੋਟੀਆਂ ਗੱਲਾਂ ਨੇ, ਉਹਦੇ ਤੋਂ ਮਿਸਾਲ ਦੇ ਤੌਰ 'ਤੇ ਲੋਕ ਉੱਖੜਦੇ ਨੇ, ਅਤੇ ਉਹਦੀ ਵਜ੍ਹਾ ਫਿਰ ਦੱਸਿਆ ਜਾਏ ਨਾ ਉਹਦੇ ਹਿਸਾਬ ਨਾਲ ਅੱਛਾ, ਆਪਣੇ ਸ਼ੌਕ ਚ ਲੈ ਜਿਹੜਾ ਬੰਦਾ ਚੰਗਾ ਜੋੜਾ ਲਾਉਣ ਵਾਲਾ ਉਹ ਪਹਿਲੂ ਦਿਮਾਗ ਚ ਗੱਲ ਸੋਚੀ ਹੁੰਦੀ ਹੈ ਯਾਰ ਮੈਂ ਜੋੜਾ ਲਾਣਾ ਗਾ, ਇਹਦਾ ਬਾਡੀ ਸਟਰਕਚਰ ਬੱਚਿਆਂ ਦਾ ਗੋ ਇੰਜ ਤੇ ਬਣਨਗੇ। ਬਹੁਤ ਗੱਲ ਪਤਾ ਕੀ ਹੈ, ਇਹ ਜ਼ਿਆਦਾ ਕਬੂਤਰਾਂ ਦੀ ਕਿਉਂ ਜ਼ਰੂਰਤ ਪੈਂਦੀ? ਹਾਂਜੀ ਉਹਦੇ ਵਿੱਚ ਇਹ ਵੀ ਕਿ ਅੱਛੇ ਵੀ ਕਬੂਤਰ ਹੁੰਦੇ ਨੇ ਉਹ ਲੱਗ ਜਾਂਦੇ ਨੇ, ਕੋਈ ਦੋ ਚਾਰ ਦਸ ਬੱਚੇ ਉੜ ਜਾਂਦੇ ਨੇ ਤੇ ਸੌ ਦਾਣਾ ਉਹਦੀ ਖਾਂਦਾ ਪਿਆ। ਨਹੀਂ ਉਹ ਮਿਆਰੀ ਜੋੜੇ ਦੀ ਗੱਲ ਤੁਹਾਨੂੰ ਪੁੱਛਿਆ ਕਿ ਤੁਹਾਡਾ ਆਪਣੀ ਤੁਹਾਡੀ ਕੀ ਰਾਏ ਵੇ ਕਿ ਮਿਆਰੀ ਜੋੜੇ ਲਾਉਣ ਦੇ ਵਿੱਚ ਬਜਾਏ ਸੌ ਸੌ ਜੋੜਾ ਲਾਈਏ ਮਿਆਰੀ ਪੰਜ ਲੱਗ ਗਈ ਹਨ, ਇਲਮ ਦੇ ਜਾਂ ਕਾਇਦੇ ਦੇ ਮੁਤਲਕ ਪੂਰੇ ਸਾਂਝੇ 'ਚ ਵਧੀਆ ਜੋੜੇ ਲਾਏ ਆਉਂਦੇ, ਇਹ ਚੋਖੇ ਜੋੜਿਆਂ ਦੀ ਲੋੜ ਹੀ ਨਹੀਂ ਪੈਂਦੀ। ਨਹੀਂ ਉਹਦੀ ਦੇਖੋ ਜੀ ਇੱਕ ਕੈਟਾਗਰੀ ਦਾ ਮਿਸਾਲ ਦੇ ਇੱਕ ਕਬੂਤਰ ਨੂੰ ਤੁਸੀਂ ਅਜ਼ਮਾ ਲਿਆ, ਠੀਕ ਉਹਦੇ ਬੱਚਾ ਕਢਾਇਆ ਉਹਨੂੰ ਤੁਸੀਂ ਅਜ਼ਮਾ ਲਿਆ, ਅਤੇ ਜ਼ਾਹਰ ਹੈ ਕਿ ਇੱਕ ਦੇ ਪਿੱਛੇ ਪੰਜ ਖਲੋਤੇ ਨੇ, ਹਾਂਜੀ ਅਤੇ ਤੁਹਾਨੂੰ ਕਿਹੜੀ ਚੀਜ਼ ਦੀ ਘਬਰਾਹਟ ਹੈ? ਬਿਲਕੁਲ ਅਤੇ ਜੇ ਉਹਨਾਂ ਦੀ ਕੈਟਾਗਰੀ ਹੋਰ ਹੋਰ ਹੋਵੇ ਮਸਾਲੇ ਖਲੋਤੇ ਮਗਰ ਹੋਣ ਤਾਂ ਉਹਨਾਂ ਦੀ ਕੈਟਾਗਰੀ ਨਹੀਂ ਵੇਖੀ ਬੁੱਝਦਾ ਲੋਣ ਕਹਿ ਸਕਦਾ ਕਿ ਸਾਨੂੰ ਪਤਾ ਕਿ ਮੇਰੇ ਜਿਹੜੇ 20 ਕਬੂਤਰ ਨਸਲ ਵਾਲੇ ਨਹੀਂ, ਜੇ ਪਤਾ ਸਾਰੇ ਮੈਂ ਡਾਇਕ ਹੋਣੇ ਬੁੱਝਦਲ ਨੇ ਨਾ ਧੁੱਪ ਲੱਗੀ ਤੇ ਡੰਡਾ ਮਾਰੇ ਤਾਂ ਅੱਲਾ ਦੀ ਸਪੁਰਦ ਮੈਂ ਤੁਹਾਨੂੰ ਜਾਣਾ ਹੁਣ ਰੱਬ ਪਈਏ ਕੁੰਨ ਫਈਆ ਕੂਣ ਹੈ, ਹਾਂਜੀ ਅਤੇ ਰੱਬ ਨੂੰ ਕਿਹੜੀ ਚੀਜ਼ ਦਾ ਨਹੀਂ ਪਤਾ ਕਿ ਇਨਸਾਨ ਕਿਸ ਤਰ੍ਹਾਂ ਦਾ ਹੈ, ਇਨਸਾਨ ਕਿਸ ਤਰ੍ਹਾਂ ਦਾ ਹੈ, ਇਨਸਾਨ ਕਿਸ ਤਰ੍ਹਾਂ ਦਾ ਹੈ, ਅਤੇ ਇੱਕ ਖਾਨਦਾਨ ਦੇ ਵਿੱਚ ਨਬੂਵਤ ਕਿਉਂ ਆ ਰਹੀ ਹੈ, ਕਿਆ ਕਹਿ ਠੀਕ ਉਹਦੀ ਇਹ ਹੀ ਵਜ੍ਹਾ ਕਿ ਅਜ਼ਮਾ ਲਿਆ ਅੱਲਾ ਤਾਲਾ ਇਨਸਾਨ ਨੇ ਉਸ ਅੱਗੇ ਮਿਸਾਲ ਦੇ ਤੌਰ 'ਤੇ ਕੋਈ ਨਹੀਂ ਫਿਰ ਉਹਨਾਂ ਵਾਸਤੇ ਦੇਖੋ ਨਾ ਜੀ ਸਫਾ ਮਰਵਾ ਦੇ ਚਲੋ ਜੀ ਇਹ ਜਿਹੜਾ ਹੁਣ ਕੰਮ ਨਹੀਂ ਪੂਰਾ ਕਰੇਗਾ ਉਹਦਾ ਅੱਜ ਨਹੀਂ ਕਹਿ, ਜਿਹੜਾ ਸ਼ੈਤਾਨ ਨੂੰ ਰੋਟੀ ਨਹੀਂ ਮਾਰੇਗਾ ਉਹਦਾ ਅੱਜ ਨਹੀਂ।
ਉਹਨਾਂ ਦੀਆਂ ਸੁਨਤਾਂ ਕਾਇਮ ਕਰ ਦਿੰਦੀਆਂ ਅੱਲਾਹ ਤਾਲਾ ਇਜ਼ਾਰ ਨੇ, ਕਿਉਂਕਿ ਅੱਲਾਹ ਤਾਲਾ ਇਜ਼ਾਰ ਨੇ ਕੁੰਨ ਫਈਆ ਕੂਣ ਹੈ ਉਹਨੇ ਅਜ਼ਮਾਇਆ, ਅਤੇ ਜਿਹੜੇ ਅਜ਼ਮਾ ਉਹਦੇ ਮੈਚ ਦੇ ਮੁਤਾਬਕ ਉਤਰੇ ਅਤੇ ਨਬੂਤ ਉਹਨੇ ਜਾ ਰਹੇ। ਦੇਖੋ ਨਾ ਅਬਾਸ ਮਹਿਰ ਸਾਹਿਬ ਤੁਹਾਨੂੰ ਦੇਖਦੇ ਨਾ, ਉਹ ਮੈਨੂੰ ਦੱਸ ਦਿੰਦੇ ਕਿ ਬੜੇ ਵਧੀਆ ਅਸ਼ਫਾਕ ਸਾਹਿਬ ਗੱਲਬਾਤ ਕਰਦੇ ਹੋ। ਮੈਨੂੰ ਨਖਸੂਸੀ ਤੌਰ 'ਤੇ ਕਿਹਾ ਹੈ ਕਿ ਉਹ ਸਾਦਰ ਸ਼ਾਹ ਸਾਹਿਬ ਨੂੰ ਤੁਸੀਂ ਜਾਣਦੇ ਹੋ, ਉਹਨਾਂ ਨੂੰ ਨਹੀਂ ਸੀ ਲੰਮ ਕੇ ਮੇਰਾ ਤੁਹਾਡਾ ਤਲਕ ਜਾਂ ਪਹਿਲ ਹੁੰਦਾ ਹੈ ਦੇ, ਕਿ ਬੜੇ ਦੋਸਤ ਮੈਨੂੰ ਸਮਝਦੇ ਨੇ ਸ਼ੌਕ ਦੇ ਵਿੱਚ ਮੈਂ ਨਵਾਂ ਆਇਆ ਵਾਂ। ਲੇਕਿਨ ਹਾਲਾਂਕਿ ਹਕੀਕਤ ਉਦੋਂ ਮੈਂ ਮੈਗਜ਼ੀਨ ਦਾ ਦੌਰ ਸੀ, ਅਖਬਾਰ ਦਾ ਦੌਰ ਸੀ, ਹੁਣ ਦੌਰ ਆ ਗਿਆ ਸੋਸ਼ਲ ਮੀਡੀਆ ਦਾ, ਹਰ ਬੰਦੇ ਦੇ ਹੱਥ 'ਚ ਮੋਬਾਈਲ ਸੀ। ਅਬਾਸ ਮਹਿਰ ਭਾਈ ਜਾਨ ਮੈਨੂੰ ਕਹਿ ਰਹੇ ਸਨ ਕਿ ਸ਼ਫਾਕ ਸਾਹਿਬ ਇੰਝ ਦਾ ਇੰਟਰਵਿਊ ਲਿਆ ਜੇ ਸਾਰਿਆਂ ਦਾ, ਅਸੀਂ ਤਾਂ ਬੈਗ ਬਾਹਰ ਵਹਿੰਦੇ ਹਾਂ ਬਾਕੀ ਲੋਕਾਂ ਨੂੰ ਪਤਾ ਲੱਗੇ, ਕਿਉਂਕਿ ਤੁਸੀਂ ਗੱਲ ਨਾ ਉਸਤਾਦਾਂ ਨੂੰ ਚੂੰਡੀ ਬੜੀ ਚੰਗੀ ਵੱਢਦੇ ਹੋ, ਕਿਉਂਕਿ ਉਹ ਮੇਰੇ ਇੰਟਰਵਿਊ ਵਹਿੰਦੇ ਰਹਿੰਦੇ ਨੇ। ਉਸਤਾਦ ਮੁਸਤਫਾ ਡੇਹਾਲੇ ਸਾਹਿਬ ਸਾਡੇ ਇਲਮ ਦੇ ਬੜੇ ਵੱਡੇ ਸ਼ੌਕ ਦੇ ਵਿੱਚ ਬੜੇ ਵੱਡੇ ਉਸਤਾਦ ਨੇ, ਲੇਕਿਨ ਹੋ ਸਕਦਾ ਅਗਰ ਮੇਰੀ ਜਗ੍ਹਾ ਦਾ ਕੋਈ ਬੰਦਾ ਹੋਰ ਹੋਵੇ ਉਹ ਇੰਟਰਵਿਊ ਨਾ ਦੇਣ ਜਾਂ ਜਵਾਬ ਨਾਲ ਗੱਲ ਕਰਨ। ਮੈਂ 2-3 ਜਗ੍ਹਾ ਦਾ ਇੰਟਰਵਿਊ ਉਹਨਾਂ ਨੇ ਕੀਤਾ, ਬੜੀਆਂ ਗੱਲਾਂ ਉਹਨਾਂ ਤੋਂ, ਹਾਲਾਂਕਿ ਉਹ ਨਹੀਂ ਵੀ ਦੱਸਣਾ ਚਾਹੁੰਦੇ, ਲੇਕਿਨ ਮੈਂ ਗੱਲਾਂ ਦੇ ਵਿੱਚ ਵਾਰ ਵਾਰ ਗੱਲ ਕਰਕੇ ਜਿੰਝ ਤੁਹਾਡੇ ਨਾਲ ਕਹਿ ਰਿਹਾ ਸਨ। ਅਤੇ ਬਾਦ ਸਾਹਿਬ ਮੈਨੂੰ ਖਸੂਸੀ ਤੌਰ 'ਤੇ ਕਹਿ ਰਹੇ ਹੋ ਉਸਤਾਦ ਨੇ ਜਨਾਬ, ਤਾਂ ਕਿ ਦੇਖਣ ਵਾਲੇ ਨਵੇਂ ਦੋਸਤਾਂ ਦਾ ਭਲਾ ਵੀ ਹੋਵੇ ਅਤੇ ਨਾ ਸਿਰਫ ਉਹ ਲੋਕ ਯਾਦ ਕਰਨ, ਕਿਉਂਕਿ ਅਗਰ ਇਲਮ ਹੈ ਵੇ ਤਾਂ ਉਹ ਤੁਹਾਡੀ ਸਮਝੋ ਕਿ ਇੱਕ ਵਸੀਅਤ ਜਾਂ ਇਲਮ। ਦੇਖੋ ਮੈਂ ਹੁਣ ਇੱਕ ਉਸਤਾਦ ਆ, ਗੌਰਮੈਂਟ ਟੀਚਰ ਹਾਂ, ਅਗਰ ਮੇਰੇ ਕੋਲ ਬੱਚੇ 100 ਵੀ ਬੈਠਾ ਹੁੰਦਾ, ਜੇ ਅਗਰ ਮੈਂ ਇਲਮ, ਗਰੀਬਾਂ ਦੇ ਬੱਚੇ ਮੇਰੇ ਕੋਲ ਅੱਗ ਬੈਠੇ ਹੁੰਦੇ ਨੇ, ਅਗਰ ਮੈਂ ਇਲਮ ਨਹੀਂ ਦੇਣਾ, ਮੈਂ ਕੁਰਸੀ 'ਤੇ ਬਹਿ ਕੇ ਆ ਜਾਣਾ, ਅਤੇ ਮੇਰੀ ਉਹ ਜਿਹੜੀ ਮੁਲਾਜ਼ਮਤ ਹੈ ਨਾ, ਉਹ ਮੈਂ ਇਹ ਕਹਿ ਸਕਦਾ ਕਿ ਹਰਾਮ ਹੈ, ਰੋਟੀ ਹਰਾਮ ਹੈ। ਹਾਂ, ਮੇਰੀ ਰੋਟੀ ਹਰਾਮ ਹੈ ਅਗਰ ਮੈਂ ਇੱਕ ਗਰੀਬ ਦੇ ਬੱਚੇ ਨੂੰ ਇਲਮ ਨਹੀਂ ਦੇ ਕੇ ਘਰ ਆਉਣਾ। ਅਸਲ ਤਾਂ ਗੱਲ ਇਹ ਕਿ ਇਨਸਾਨ ਦਾ ਜ਼ਿਹਨ ਮੁਤਮਿਨ ਹੋਣਾ ਚਾਹੀਦਾ, ਬਿਲਕੁਲ, ਕਿ ਆ ਜਿਹੜਾ ਮੈਂ ਕੰਮ ਕਰ ਰਿਹਾ ਉਹ ਸਹੀ ਹੈ। ਹਾਂਜੀ, ਇਹਦੇ ਵਿੱਚ ਵੀ ਇਹੀ ਮਸਲਾ ਹੈ, ਆਪਣੀ ਔਲਾਦ ਦੀ ਪੂਜੀ। ਹਾਂਜੀ, ਕਈ ਬੰਦੇ ਉਹ ਨੇ ਕਿ ਜਿਹਨਾਂ ਹੁਣ ਪੂਜੀ ਖਰਾਬ ਕਰ ਛੱਡੀ, ਔਲਾਦ ਤਾਂ ਖਾਂਦੇ ਨੇ, ਔਲਾਦ ਨੂੰ ਨਹੀਂ ਖਵਾਉਂਦੇ, ਕਬੂਤਰਾਂ ਨੂੰ ਪਾਉਂਦੇ ਨੇ, ਤੇ ਜੇ ਵੇਖਿਆ ਜਾਏ ਤੇ ਉਹ ਮਿਸਾਲ ਦੇ ਤੌਰ ਤੇ ਜਿਹੜਾ ਆ ਵਿਚਾਰਾ ਸ਼ੌਕ ਵਾਸਤੇ ਰੱਖੇ ਨੇ ਜੋੜੇ ਚੰਦ, ਇਸੇ ਤਰ੍ਹਾਂ ਹੀ ਮੈਂ ਹੁੰਦਾ। ਉਸਨੇ ਗੱਲ ਸੁਣਾ, ਮੈਨੂੰ ਯਾਦ ਆ ਗਈ, ਲਾਹੌਰ ਗਏ, ਮੇਰਾ ਇੱਕ ਦੋਸਤ ਸੀ, ਉਹ ਕਰੰਸੀ ਦਾ ਕੰਮ ਕਰਦਾ ਹੈ। ਹਾਂਜੀ, ਮੈਨੂੰ ਆਉਂਦਾ ਭਾਅ ਜੀ ਕਬੂਤਰ ਹੈ ਨੇ ਲਾਹੌਰ, ਤੇ ਬੜੇ ਅੱਛੇ ਕਬੂਤਰ ਨੇ। ਮੈਂ ਗਿਆ ਉੱਥੇ ਜਾ ਕੇ ਕਬੂਤਰ ਵੇਖੇ ਤੇ ਉਹਨਾਂ ਕਮਰਾ ਭਰਿਆ, ਜੀ ਗੋਲਡਨ ਕਬੂਤਰ ਨੇ, ਮੈਨੂੰ ਸਾਰਾ ਦਿੱਤੇ ਨੇ ਜੋ ਵਿੱਚ ਕਢਾ ਕਢਾ ਕੇ ਢੇਰ ਲਾ ਦੇ। ਅੱਛਾ, ਉਹਨਾਂ ਮੈਂ ਫਿਰ ਢੇਰ ਲਾ ਛੜਿਆ, ਮੈਂ ਕੋਈ 300-400 ਕੀਤਾ। ਹੁਣ ਮੈਂ ਗਿਆ ਅੱਜ ਨੇ ਵੀ, ਉਹਨਾਂ ਕਿਹਾ ਜੀ ਵੇਚਣੇ ਨੇ ਅਸੀਂ ਕਬੂਤਰ। ਮੈਂ ਕਿਹਾ ਯਾਰ ਗੱਲ ਇਹ ਵੇ, ਪਹਿਲੇ ਨੰਬਰ 'ਤੇ ਤਾਂ ਗੱਲ ਇਹ ਵੇ ਕਿ ਮੇਰੀ ਇਹ ਸਮਝ ਅੱਛੀ ਨਹੀਂ ਹੈ, ਪਸੰਦ ਹੀ ਨਹੀਂ। ਉਹਨਾਂ ਕਿ 500 ਰੁਪਈਏ ਪਰ ਦਿਆਂਗੇ, ਮੈਂ ਕਿਹਾ ਤੁਸੀਂ ਮੈਨੂੰ ਦਿਓ, ਉਹਨੇ 150 ਰੁਪਈਏ ਪਾ ਰਿਹਾ ਅਤੇ ਮੈਂ ਨਹੀਂ ਲੈਣੇ। ਸਹੀ, ਮੇਰੀ ਸਮਝ ਅੱਛੀ ਨਹੀਂ। ਹੁਣ ਅੱਗੇ ਸਿਲਸਿਲਾ ਸ਼ੁਰੂ ਹੋ ਜਾਂਦਾ ਕਿ ਮੈਂ ਕਿਹਾ ਯਾਰ ਪਹਿਲੇ ਨੰਬਰ 'ਤੇ ਗੱਲ, ਚਲੋ 10 ਮਿੰਟ ਬਹਿਣੇ ਆ ਤਾਂ ਕਿਸੇ ਸ਼ੁਕਰ ਮੌਕਾ ਲੱਗੇ। ਮੈਂ ਕਿਹਾ ਇਹਨਾਂ ਕਬੂਤਰਾਂ ਤੈਨੂੰ ਦਿੱਤਾ ਕੀ? ਸਹੀ, ਮੈਂ ਕੋਈ ਬਾਜ਼ੀ ਜਿੱਤੀ ਆ। ਉਹ ਮੁੰਡਾ ਜਿਵੇਂ ਆਮ ਬੰਦੇ ਗੱਲਾਂ ਕਰਦੇ, ਪੁੱਠੀਆਂ ਸਿੱਧੀਆਂ, ਪੁੱਠੀਆਂ ਸਿੱਧੀਆਂ, ਗੁਰੇ ਬਾਬਾ ਉਂਝ ਹੀ ਕਰਨ ਦਿਆ। ਬਿਲਕੁਲ, ਮੈਂ ਆਪਣੀ ਜਗ੍ਹਾ 'ਤੇ ਗਿਆ, ਮੈਨੂੰ ਉਹਨੇ 3-4 ਕਬੂਤਰ, ਮੈਂ ਕਿਹਾ ਪੁੱਤਰਾ ਇਹ ਕਬੂਤਰ ਸਹੀ, ਇਹ ਹੁਣ ਤੈਨੂੰ ਕਿੰਨੀ ਅਕਲ ਦਿੱਤੀ ਹੈ ਕਿ ਇਹ ਵਿੱਚੋਂ ਕਬੂਤਰ ਨੇ ਅਤੇ ਇਹ ਸਹੀ ਨੇ? ਕਹਿੰਦਾ ਇਹਨੇ ਅਲਹਿਦਾ ਲਿਆਉਂਦੇ ਨੇ। ਤੋ ਜੀ, ਜਿਸ ਵੇਲੇ 1/2 ਘੰਟਾ ਗੁਜ਼ਰਿਆ ਨਾ, ਤੋ ਇਹਨਾਂ ਗੱਲਾਂ ਦੀ ਵਜ੍ਹਾ ਤੋਂ, ਹਮਦਰਦੀ ਦੀਆਂ ਵਜ੍ਹਾ ਤੋਂ ਉਹ ਰੋਣ ਲੱਗ ਪਿਆ, ਰੋਣ ਲੱਗ ਪਿਆ। ਮੈਂ ਕਿਹਾ ਯਾਰ ਰੋਣ ਵਾਲੀ ਦੀ ਕਿਹੜੀ ਗੱਲ ਹੈ? ਕਹਿੰਦਾ ਭਾਅ ਜੀ ਗੱਲ ਇਹ ਕਿ ਮੇਰੇ ਕੋਲ 30-35 ਮੱਝਾਂ ਸਨ, ਮੈਂ ਸਾਰੀਆਂ ਹੀ ਹਾਰ ਗਿਆ ਕਬੂਤਰਾਂ ਜੀ। ਇਹਨਾਂ ਕਬੂਤਰ ਸਕਿੰਟ ਸਲੋਅ ਹੋ ਜਾਂਦਾ ਜਾਂ ਸਕੂਨ ਲੈ ਲੈਂਦਾ ਤਾਂ ਪਿੱਛੇ ਰਹਿ ਜਾਂਦਾ। ਬਿਲਕੁਲ, ਸਾਲਾਂ ਦਾ ਦੌਰ ਹੀ ਨਹੀਂ ਨਾ ਹੋਣਾ, ਹੁਣ ਤਾਂ ਕਬੂਤਰ ਸਾਜ ਰਾਤੀ ਹਨੇਰੇ ਜਿਹਾ ਨਾ ਪੈਣ। ਆ ਰਿਆਤ ਬਾਟ ਸਾਹਿਬ ਦੀ ਛਾਤਰ ਪਰਸੋਂ ਹਾਂ ਮੈਂ ਉੱਥੇ ਉਹਨਾਂ ਦੇ, ਅਤੇ ਸਾਰੇ ਉਸਤਾਦ ਸਨ ਗੁਜਰਾਣੇ ਦੇ, ਇੱਕ ਬੱਚਾ ਉਹਨਾਂ 2 ਵਜੇ ਬਹਿ ਗਿਆ, 7 ਉੱਤੇ ਸਨ, 8ਵਾਂ ਬੱਚਾ ਨਹੀਂ ਬੈਠਾ, 7 ਬੱਚਿਆਂ ਦੇ ਨਾਲ ਮੈਂ 6 ਉਹਨਾਂ ਸਾਰੇ ਹਨੇਰੇ 'ਚ ਬੈਠੇ ਨੇ, ਅਤੇ ਉਹਨਾਂ ਆਲ ਪੰਜਾਬ ਵਿਨ ਕੀਤਾ ਵੇ, ਮੈਂ 83 ਘੰਟੇ ਬਣਾਏ ਨੇ। ਅਗਰ ਵਜੋਂ ਜਿਹੜਾ ਸਾਹ ਲੈਣ ਵਾਲੇ ਜਿਹੜਾ ਇੰਨੇ ਦੌਰ ਦੇ ਨਾਲ ਨਹੀਂ ਚੱਲਣਾ ਤਾਂ ਉਹਦਾ ਕਈ ਹੋ ਸਕਦਾ। ਬੰਦਾ ਇਹੋ ਜਿਹਾ ਵਾ ਤੇ ਕਬੂਤਰ ਕਰਦੇ ਨੇ, ਜਿਹੜੇ ਅੱਛੇ ਕਬੂਤਰ ਨੇ ਕਰਦੇ ਨੇ, ਤੇ ਅੱਛਾ ਕਬੂਤਰ ਮੇਰਾ ਮਤਲਬ ਲੱਭਣਾ ਬੜਾ ਮੁਸ਼ਕਲ ਹੈ ਨਾ। ਹਾਂਜੀ, ਅੱਛਾ ਕਬੂਤਰ ਲੱਭਣਾ ਬੜਾ ਮੁਸ਼ਕਲ ਹੈ, ਹਰ ਬੰਦੇ ਦੀ ਕੋਸ਼ਿਸ਼ ਇਹ ਹੀ ਹੈ ਕਿ ਮੇਰਾ ਕਿਤੇ ਹੱਥ ਪੈ ਜਾਏ, ਇਹਦੇ ਕੋਲ ਕੋਈ ਚੰਗਾ ਹੈ ਤੇ ਮੈਨੂੰ ਮਿਲ ਜਾਏ, ਇਹਨੂੰ ਪਤਾ ਨਹੀਂ ਹੈ। ਆਪਣੇ ਆਪਣੀ ਜਗ੍ਹਾ ਹਰ ਬੰਦਾ ਕਰਦਾ ਕੋਸ਼ਿਸ਼। ਇਹ ਇੱਕ ਕਿਤਾਬ ਹੈ, ਬੜਾ ਵੱਡਾ ਸਿਲਸਿਲਾ ਹੈ, ਇਹਨੂੰ ਜੇ ਆਈ ਗਈ ਨਾਲ ਵੇਖਿਆ ਜਾਏ ਤੇ ਫਿਰ ਉਹ ਬੰਦਾ ਕਿਸੇ ਮੰਦਰ। ਸਾਰੀ ਤੁਹਾਡੇ ਹਵਾਲੇ ਦਾ ਪੈਗਾਮ ਕਿ ਜਿਹੜਾ ਦੋਸਤ ਨੂੰ ਦੇਣਾ ਚਾਹੁੰਦੇ, ਜਿਹੜਾ ਜੋੜਾ ਛੋੜਾ ਲਾਉਂਦੇ ਇਲਮ ਰੱਖਦੇ ਨੇ ਨਵੇਂ ਦੋਸਤ ਨੇ,
ਬੂਥਲੀ ਉਸਤਾਦਾਂ ਨੇ ਗੱਲਾਂ ਸੁਣਦੇ ਨੇ ਨਹੀਂ ਵੇਖੋ ਨਾ ਕੀ ਇਹ ਨੇਕੀ ਉਸਤਾਦ ਜੀ ਆ ਵੇਖੋ ਤੁਸੀਂ ਗੱਲ ਦੱਸੀ ਨਾ ਇੱਕ ਬੰਦੇ ਨੂੰ ਜਿੱਥੇ ਪਿੱਛੇ ਲਾ ਦਿੱਤਾ ਹੁਣ ਉਹ ਬੰਦੇ ਨੇ ਇੰਨਾ ਵਕਤ ਗੁਜ਼ਾਰ ਛੱਡਿਆ ਉਹ ਵਿਚਾਰਾ ਬਾਦੋਂ ਵੀ ਦੇਵੇਗਾ ਨਾ ਉਸਤਾਦਾਂ ਨੂੰ ਜਿਹਨੇ ਉਹਨੂੰ ਪੁੱਠੀ ਮਤੇ ਲਾਇਆ ਸੀ ਕਿ ਇੱਥੇ ਬੈਠਾ ਰਹੋ ਤੇ ਉਹ ਇੱਥੇ ਬੈਠਾ ਰਿਹਾ ਵੇ ਕਹਿਣ ਦਾ ਮਕਸਦ ਕਿ ਆਪਣੇ ਹੁਣ ਫਿਲਮਾਂ ਦੇ ਵਿੱਚ ਮਦਰ ਸ਼ਾਹ ਹੋਇਆ ਸੰਧੀਰ ਹੋਇਆ ਜੇ ਖੱਪ ਖੁੱਪ ਮਰ ਮੁਰ ਗਏ ਨੇ ਜਨਾਬ ਕਿਸੇ ਵੀ ਨਹੀਂ ਕੀਤਾ ਯਾਰ ਇਹਨਾਂ ਉਹ ਚੰਗਾ ਕੰਮ ਕੀਤਾ ਜਾਂ ਫਿਲਮਾਂ ਚੰਗੀਆਂ ਬਣਾਈਆਂ ਨੇ ਚਲੋ ਬਜ਼ਾਰ ਹੋ ਪਿੱਟ ਕੇ ਤੁਸੀਂ ਤੇ ਆਪਣੇ ਆ ਕੇ ਇਲਮ ਦਾ ਫਿਰ ਪਿਆਰ ਮੁਹੱਬਤ ਦਾ ਦੇ ਨਾ ਪੈਗਾਮ ਦੋ ਸਾਨੂੰ ਗੱਲ ਇਹ ਕਿ ਜ਼ਮਾਨੇ ਕੋਲ ਹੈ ਵੀ ਦੇਣ ਵਾਸਤੇ ਕੁਝ ਨਹੀਂ ਹੈ ਠੀਕ ਦੇਣ ਵਾਸਤੇ ਕੋਈ ਨਹੀਂ ਹੈ ਇਹਨਾਂ ਚੀਜ਼ ਦੇ ਸਾਨੂੰ ਸਿਰਫ ਪਤਾ ਲੱਗ ਜੇ ਤੇ ਪਰਸੋਂ ਜਨਾਬ ਚਾਹੋਗੇ ਗੁਰਦਾਨੇ ਕੱਢਣਾ ਪੈਂਦੇ ਸਹੀ ਮਸਲਾ ਕਿ ਉਹ ਜਿਹਨਾਂ ਤੁਸੀਂ ਦੱਸਿਆ ਉਹ ਹੀ ਅੱਗੋਂ ਤੁਹਾਨੂੰ ਦੱਸਣ ਲੱਗ ਪੈਂਦੇ ਨੇ ਇਸ ਵਜ੍ਹਾ ਤੋਂ ਇਹ ਇਲਮ ਨਹੀਂ ਫੈਲ ਰਿਹਾ ਸਾਡੇ ਸ਼ੌਕ ਦੇ ਵਿੱਚ ਇਹ ਵੀ ਬੜੀ ਵੱਡੀ ਜਿਹੜਾ ਨਾ ਮੁਖਤਲਿਫ ਸਾਦਾਂ ਕੋਲ ਪੁੱਛਿਆ ਤਾਂ ਉਹ ਕਹਿੰਦੇ ਨੇ ਕਿ ਅਕਲਮੰਦ ਜੀ ਸਾਹਿਬ ਇਲਮ ਨੂੰ ਦੱਸਣਾ ਚਾਹੀਦਾ ਜਿਹੜਾ ਕੋਈ ਬੰਦਾ ਆਸਾਨਮੰਦ ਹੋਵੇ ਇੱਥੇ ਉਹਨਾਂ ਨੂੰ ਜੋੜਿਆਂ ਦਾ ਦੱਸਿਆ ਮੁੰਡਿਆਂ ਨੂੰ ਫਟਿਆਂ ਵਾਲਿਆਂ ਨੂੰ ਪਤਾ ਤੁਸੀਂ ਜਾਣਦੇ ਹੋ ਹਾਂਜੀ ਉਹਨਾਂ ਕੋਲ ਸੀ ਕਬੂਤਰ ਵਧੀਆ ਨੇ ਸਹੀ ਕਿ ਪਹਿਲੇ ਦਿਨ ਉੱਠ ਕੇ ਕਬੂਤਰ ਸ਼ਾਮ ਪੈਂਦੇ ਨੇ ਪਾਉਣ ਠੀਕ ਨਵਿਆਂ ਪਰਾਂ ਦੇ ਸਹੀ ਮੈਂ ਭਾਈ ਆ ਕੇ ਵੇਖਿਆ ਮੈਂ ਨਹੀਂ ਵੇਂਦਾ ਯਾਰ ਮਸਾਂ ਕਿ ਲੋਕ ਇਸ ਸ਼ੌਕ ਨੂੰ ਸਾਡੇ ਨੂੰ ਲੋਕਾਂ ਉਹਨਾਂ ਖਰਾਬ ਕੀਤਾ ਜਿਹੜੇ ਲੋਕਾਂ ਨੂੰ ਸਾਦਾਂ ਦੀ ਇੱਜ਼ਤ ਨਹੀਂ ਕਰਦੇ ਅਸੀਂ ਕਿਸੇ ਦੇ ਕੋਈ ਭਾਈਵਾਲ ਤਾਂ ਨਹੀਂ ਹੈ ਬਿਲਕੁਲ ਇੱਥੇ ਕੋਈ ਅੱਛੀ ਚੀਜ਼ ਬਣ ਜਾਂਦੀ ਅਸੀਂ ਕੋਈ ਭਾਈਵਾਲ ਤਾਂ ਨਹੀਂ ਬਣ ਗਏ ਹਾਂਜੀ ਤੁਹਾਨੂੰ ਤਾਂ ਇੰਨਾ ਹੀ ਹੈ ਕਿ ਚਲੋ ਯਾਰ ਦੁਆ ਸ਼ੌਕ ਪੂਰਾ ਹੋ ਜਾਂਦਾ ਬਿਲਕੁਲ ਅਤੇ ਮੇਰਾ ਮਤਲਬ ਬਾਜ਼ੀ ਲਾਉਣ ਕੇ ਜਿੱਤ ਲੈਂਦੇ ਨੇ ਯਾਰ ਉਹਦੇ ਹਿਸਾਬ ਦੇ ਮੁਤਾਬਕ ਤਾਂ ਬੜਾ ਵਧੀਆ ਹੋ ਜਾਂਦਾ ਅਤੇ ਯਾਦਗਿਰੀ ਉਹਦੇ ਹਿਸਾਬ ਨਾਲ ਅਸੀਂ ਕਿਹੜਾ ਕੁਆ ਲਿਆ ਕਿ ਸਾਨੂੰ ਹਿੱਸਾ ਦਿਓ ਜਾਂ ਕੋਈ ਐਂ ਕਰੋ ਐਂ ਕਰੋ ਕਬੂਤਰ ਦਾ ਲਾਲਾ ਹੀ ਸਾਨੂੰ ਕੋਈ ਨਹੀਂ ਭਾਵੇਂ ਸੋਨਾ ਲੱਗਾ ਹੋਵੇ ਉਹਨੂੰ ਸਮਝੋ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ ਕਬੂਤਰ ਦਾ ਨਹੀਂ ਅਸੀਂ ਤਾਂ ਉਹਨਾਂ ਨੂੰ ਆਉਂਦੇ ਹਾਂ ਕਿ ਤੁਸੀਂ ਆਹ ਜਿਹੜੇ ਭੈੜੇ ਨੇ ਕੱਢਣ ਦਾ ਹੌਂਸਲਾ ਕਰੋ ਮਿਸਾਲ ਦੇ ਤੌਰ 'ਤੇ ਕਿ ਇਹਨਾਂ ਨੂੰ ਬਾਹਰ ਕੱਢੀਏ ਕੁੜੀ ਆ ਰਿਹਾ ਮੌਜੂਦਾ ਦਾ ਉਹ ਤੇਜ਼ ਜਾਂਦਾ ਪਿਆ ਕਿ ਅੱਗੇ ਨਾਲ ਪਿੱਛੇ ਆਇਆ ਸਾਡਾ ਸ਼ੌਕ ਨਹੀਂ ਨਹੀਂ ਠੀਕ ਹੈ ਹੁਣ ਤੁਸੀਂ ਸਮਝ ਰਹੇ ਹੋ ਕਿ ਲੋਕ ਅੱਛਾ ਜੋੜਾ ਅੱਛਾ ਕਬੂਤਰ ਕਿਉਂਕਿ ਅਸੀਂ ਘੰਟੇ ਬਣਦੇ ਨੇ ਕਿ ਜਿਹੜੇ ਸ਼ੌਕ ਵਾਲੇ ਬੰਦੇ ਨੇ ਨਾ ਹਾਂਜੀ ਉਹਨਾਂ ਇਸ ਚੀਜ਼ ਨੂੰ ਨਹੀਂ ਵੇਖਿਆ ਮਿਸਾਲ ਦੇ ਤੌਰ 'ਤੇ ਵੇਖੋ ਇੱਕ ਕਿਸੇ ਹੱਦ ਤੱਕ ਇਮਾਨਦਾਰੀ ਜਿਹੜੀ ਨਾ ਹਰ ਆਦਮੀ ਦੇ ਵਿੱਚ ਹੈ ਵੇ ਹਾਂਜੀ ਉਹ ਇਸ ਤਰ੍ਹਾਂ ਕਿ ਇੱਕ ਬੰਦੇ ਨੂੰ ਆਖਿਆ ਜਾਂਦਾ ਭਾਅ ਜੀ ਗੱਲ ਇਹ ਕਿ ਇਹ ਪੈਸੇ ਤੁਸੀਂ ਦੱਸੋ ਅਤੇ ਕਬੂਤਰ ਸਾਨੂੰ ਦਿਓ ਬਿਲਕੁਲ ਅਤੇ ਜਦੋਂ ਫਿਰ ਉਹ ਬੰਦਾ ਕਬੂਤਰ ਦਿੰਦਾ ਗਰੰਟਿਡ ਅਤੇ ਮਿਸਾਲ ਦੇ ਤੌਰ 'ਤੇ ਉਹਨਾਂ ਕਬੂਤਰਾਂ 'ਚ ਕਬੂਤਰ ਅੱਛੇ ਕਬੂਤਰ ਬਣਦੇ ਨੇ ਅਤੇ ਜੇ ਆਪ ਕਾਰਾਗਰੀ ਕਰੀਏ ਤਾਂ ਮੇਰਾ ਮਤਲਬ ਕਬੂਤਰ ਨਹੀਂ ਅੱਛੇ ਆਉਂਦੇ ਅੱਜ ਕੱਲ੍ਹ ਜ਼ਿਆਦਾਤਰ ਲੋਕ ਸਾਹ ਜੀ ਪੈਸੇ ਵਾਲੇ ਵਸਾਇਲ ਵਾਲੇ ਬੰਦੇ ਨੇ ਉਹ ਜਿੱਥੇ ਜੋ ਮਰਜ਼ੀ ਚੁੱਕ ਲਿਆਉਂਦੇ ਨੇ ਖੂਬਸੂਰਤ ਤਸਵੀਰਾਂ ਸ਼ਕਲਾਂ ਰੰਗ ਬਿਰੰਗੇ ਵਾਧੂ ਲੋਕਾਂ ਨੂੰ ਭੈੜਾ ਕਹਿੰਦੇ ਨੇ ਕਿ ਇਹ ਕੰਮ ਗਲਤ ਹੈ ਪਹਿਲਾਂ ਉਹਨਾਂ ਨੂੰ ਚਾਹੀਦਾ ਕਿ ਆਪਣੀ ਅਕਲ ਪਛਾਣ ਦੇ ਮੁਤਾਬਕ ਜਿਹੜੇ ਬੰਦੇ ਨੇ ਕਬੂਤਰਬਾਜ਼ੀ ਕਰਨੀ ਹੈ ਨਾ ਮੈਂ ਨਹੀਂ ਹੋਰ ਮਿਸਾਲ ਦੇ ਤੌਰ 'ਤੇ ਜਿਹੜਾ ਕੋਈ ਅੱਛਾ ਸਾਦ ਹੈ ਨਾ ਉਹਦੀ ਜ਼ੇਰੇ ਨਿਗਰਾਨੀ ਕਰਨ ਮਿਸਾਲ ਦੇ ਤੌਰ 'ਤੇ ਕਿ ਉਹ ਕਿਸੇ ਮੰਜ਼ਿਲ ਦੇ ਉੱਤੇ ਪਹੁੰਚ ਜਾਣਗੇ ਅਸੀਂ ਅੱਜ ਦਾ ਇਹ ਪੈਗਾਮ ਇਹ ਦੇ ਸਕਦੇ ਹਾਂ ਕਿ ਬਜਾਏ ਕਿ ਤੁਸੀਂ ਇੱਕ ਮਾਰਨ ਦੇ ਮੁਤਲਕ ਮੇਰਾ ਇੰਜ ਅਤੇ ਮੇਰਾ ਇੰਜ ਉਹ ਗੱਲਬਾਤ ਨਹੀਂ ਹੈ ਅਸਲ ਗੱਲ ਇਹ ਕਿ ਕਿਸੇ ਅੱਛੇ ਉਸਤਾਦ ਦੀ ਜ਼ਰੂਰਤ ਹੀ ਉਹਦਾ ਕੋਈ ਮਸ਼ਵਰਾ ਕੋਈ ਗੱਲਬਾਤ ਹੋਣੀ ਚਾਹੀਦੀ ਹੈ ਕਿ ਜਿਸ ਵੇਲੇ ਇਬਤਦਾ ਕਿਸੇ ਹੱਦ ਤੱਕ ਬੰਦਾ ਥੱਕ ਜਾਂਦਾ ਹਾਂਜੀ ਅਤੇ ਜਦੋਂ ਤੁਰਨ ਲੱਗੇ ਮਿਸਾਲ ਦੇ ਤੌਰ 'ਤੇ ਅੱਛੀ ਉਹਨੂੰ ਸਲਾਹ ਮਿਲ ਜਾਏ ਤਾਂ ਮੇਰਾ ਖਿਆਲ ਆਉਂਦਾ ਉਹ ਥੱਕਦਾ ਫਿਰ ਨਹੀਂ ਇਹ ਤਦ ਹੀ ਹੋ ਸਕਦਾ ਅਗਰ ਕਿਸੇ ਉਸਤਾਦ ਅੱਛੇ ਤੁਸੀਂ ਤਾਬਿਆਦਾਰੀ ਕਰੋਗੇ ਉਹਨਾਂ ਨੂੰ ਅੱਛਾ ਲੈ ਕੇ ਚੱਲੋ ਉਹ ਜੀ ਉਸਤਾਦ ਜੀ ਬਹੁਤ ਸ਼ੁਕਰੀਆ ਤੁਸੀਂ ਬੜਾ ਟਾਈਮ ਦਿੱਤਾ ਨਾਲੇ ਵੇਖਿਆ ਜੇ ਕਿੰਨੇ ਦੋਸਤ ਤੁਹਾਨੂੰ ਇਸ ਸਾਈਡ ਦੇ ਵਿੱਚ ਜਿਹੜੇ ਇਲਮ ਦੀਆਂ ਗੱਲਾਂ ਕੀਤੀਆਂ ਨੇ ਨਾ ਸਿਰਫ ਤੁਹਾਨੂੰ ਦੁਆਏ ਖੈਰ ਦੇਣਗੇ ਬਲਕਿ ਦੁਆਏ ਖੈਰ ਦੇ ਕਲਮਾਤ ਅਦਾ ਕਰਨਗੇ ਕਿਉਂਕਿ ਇੱਕ ਲਫਜ਼ ਅਗਰ ਸਿੱਖੋ ਨਾ ਸਾਡੇ ਇਮਾਨ ਦੇ ਮੁਤਲਕ ਉਹ ਦੋ ਜਿਹੜਾ ਛੇ ਨਸਲੀ ਬੰਦੇ ਨੂੰ ਕਹਿੰਦੇ ਨਾ ਅਗਰ ਆਪ ਕੋ ਕਿਸੇ ਨੇ ਏਕ ਲਫਜ਼ ਵੀ ਸਿਖਾਇਆ ਤਾਂ ਉਹ ਆਪਕਾ ਉਸਤਾਦ ਹੈ ਜਿਹੜੇ ਬਦ ਨਸਲੇ ਨੇ ਜਾਂ ਬੰਦਾ ਨਹੀਂ ਹੈ ਉਹ ਭਾਵੇਂ ਸਾਰੀ ਕਿਤਾਬ ਹੀ ਪੜ੍ਹਾ ਦਿਓ ਕਹਿੰਦੇ ਅਸੀਂ ਆਪ ਉਸਤਾਦ ਹਾਂ ਅਸੀਂ ਸਾਡਾ ਯਕੀਨ ਤਾਂ ਹੈ ਵੀ ਇੱਕ ਲਫਜ਼ ਅਗਰ ਤੁਸੀਂ ਸਿੱਖ ਲਿਆ ਕਿਸੇ ਕੋਲੋਂ ਵੀ ਮੈਂ ਸ਼ੋਭੇ ਦੇ ਵਿੱਚ ਬਹੁਤ ਉਸਤਾਦਾਂ ਕੋਲ ਸਿੱਖਿਆ ਰਹਿਣ ਮੈਂ ਲਈ ਹੈ ਮੈਂ ਅੱਜ ਵੀ ਉਹਨਾਂ ਨੂੰ ਉਸਤਾਦ ਹੀ ਮੰਨਦਾ ਬੜੀ ਅੱਛੀ ਗੱਲ ਹੈ ਕਿਉਂਕਿ ਇੱਕ ਲਫਜ਼ ਵੀ ਅਗਰ ਕਿਸੇ ਦੱਸ ਦਿੱਤਾ ਨਾ ਕਿ ਬੇਟਾ ਪਰ ਇੰਜ ਦਾ ਹੋਣਾ ਚਾਹੀਦਾ ਨੋਕ ਇੰਜ ਦਾ ਹੋਣਾ ਚਾਹੀਦਾ ਜੋੜ ਬੇਟਾ ਵੇਖਿਆ ਜਾਂ ਇੰਜ ਦਾ ਆਪਣੀ ਉਮਰ ਦਾ ਉਹਨਾਂ ਇੱਕ ਸਾਨੂੰ ਤਜਰਬਾ ਦਿੱਤਾ ਅਗਰ ਅਸੀਂ ਅੱਜ ਮੈਂ ਆਪਣੇ ਨਾਂ ਤੋਂ ਕਵਾਂ ਨਾ ਵੀ ਮੈਨੂੰ ਜੋੜ ਉਸਤਾਦ ਸਦੀਕ ਨਹੀਂ ਦੱਸਿਆ ਤਾਂ ਮੈਂ ਆਪ ਹੀ ਵੇਖਿਆ ਉਹ ਫਿਰ ਮੇਰੀ ਨਸਲ 'ਚ ਫਰਕ ਜਾਂ ਮੇਰੇ ਮਾਂ ਦੀ ਕਮੀ ਹੈ ਹਾਂ ਇਹ ਚੀਜ਼ ਨਾ ਬੜਾ ਕਬੂਤਰ ਦਾ ਡਿਪੈਂਡ ਕਰਦਾ ਸਾਡੇ ਸ਼ਹਿਰ 'ਚ ਬੜਾ ਸ਼ੌਕ ਅੱਗੇ ਵੇ ਸਾਡੇ ਸ਼ਹਿਰ ਦੇ ਅਸਾਤਰਾ ਕਰਾਮ ਪੂਰੀ ਪਾਕਿਸਤਾਨ ਦੇ ਲੈਵਲ ਦੇ ਮੰਨੇ ਜਾਂਦੇ ਨੇ ਗੁਜਰਾਂ ਦੇ ਉਸਤਾਦ ਉਸਤਾਦ ਮੀਰ ਸਾਹਿਬ ਸਾਨੂੰ ਜੋੜਾ ਲਾਉਣ ਦੇ ਵਿੱਚ ਉਸਤਾਦ ਸਦੀਕ ਸਾਹਿਬ ਵੇਖੇ ਤੁਸੀਂ ਉਹਨਾਂ ਨੇ ਬੜਾ ਅੱਛਾ ਵਕਤ ਗੁਜ਼ਾਰਿਆ ਉਹਨਾਂ ਦੇ ਨਾਲ ਅਤੇ ਕੋਈ ਇੱਕ ਨਾਂ ਸੀ ਉਹਨਾਂ ਦੇ ਸ਼ੋਭੇ ਦੇ ਵਿੱਚ ਉਹਨਾਂ ਸਾਡੇ ਗੁਜਰਾਂ ਦੇ ਨਸਲਾਂ ਮੁਤਾਰਫ ਹੋਈਆਂ ਨੇ ਲਓ ਜੀ ਦੋਸਤੋ ਬਹੁਤ ਸ਼ੁਕਰੀਆ ਆਪਣੀ ਰਾਏ ਦਾ ਜ਼ਰੂਰਤ ਇਜ਼ਹਾਰ ਕਰਿਆ ਜੇ
ਉਸਤਾਦ ਅਰਸ਼ਦ ਜਿਹੜੇ ਦੋਸਤ ਨਏ ਆ ਉਹਨਾਂ ਨੂੰ ਦੁਬਾਰਾ ਇੱਕ ਦਫ਼ਾ ਉਸਤਾਦ ਨੇ ਤਾਰਾ ਹੁੰਦਾ ਉਸਤਾਦ ਅਰਸ਼ਦ ਨੇ ਜਨਾਬ ਗੁਜਰਾਣੇ ਤੋਂ ਬੜੇ ਸੀਨੀਅਰ ਉਸਤਾਦ ਨੇ ਜੋੜਾ ਲਾਉਣ ਦੇ ਬੜੇ ਫਨਕਾਰ ਨੇ ਜਿਨ੍ਹਾਂ ਜਿਨ੍ਹਾਂ ਦੋਸਤਾਂ ਨੂੰ ਇਹਨਾਂ ਦੀ ਕੋਈ ਗੱਲ ਪਸੰਦ ਆਈ ਆਏ ਉਹ ਆਪਣੀ ਰਾਏ ਦਾ ਜ਼ਰੂਰ ਇਜ਼ਹਾਰ ਕਰਿਆ ਜਿਨ੍ਹਾਂ ਨੂੰ ਨਹੀਂ ਪਸੰਦ ਆਈ ਹੋਏ ਉਹ ਖਾਮੋਸ਼ੀ ਇਖਤਿਆਰ ਕਰਿਆ ਜੇ ਤਾਂ ਹਾਂ ਕੋਈ ਗੱਲ ਕਿਸੇ ਕਿਸਮ ਦੀ ਨਾ ਕਰਿਆ ਜੇ ਓਕੇ ਸਾਹ ਜੀ ਬਹੁਤ ਸ਼ੁਕਰੀਆ ਇੱਕ ਨਾ ਦੋਸਤਾਂ ਨੂੰ ਹੱਥ ਹਿਲਾਓ ਰੱਖੋ ਅੱਲਾ ਹਾਫਿਜ਼ ਨਾਲ